ਸਤਿ ਸ੍ਰੀ ਅਕਾਲ ਮਾਨਯ ਸ਼ਾਸਨ ਜੀ, ਦਾਸ ਨੂੰ ਬੇਨਤੀ ਕਰਦਾ ਹੈ, ਮਹਾਨ ਚੀਫ ਸਾਡੇ ਗੈਸਟ ਹਨ ਸਰਦਾਰ ਮਨਜੀਤ ਸਿੰਘ ਜੀ ਔਰ ਇੱਕ ਮਹਾਨ ਜਥੇਦਾਰ ਸਰਦਾਰ ਸੰਤੋਖ ਸਿੰਘ ਜੀ ਦੇ ਆਪ ਜੀ ਬੇਟੇ ਹਨ। ਉਸ ਜ਼ਮਾਨੇ 'ਚ ਦਾਸ ਛੋਟਾ ਜਿਹਾ ਹੁੰਦਾ ਸੀ, ਕਾਲਜ ਪੜ੍ਹਦਾ ਸੀਗਾ, ਬੋਲਣ ਦਾ ਢੰਗ ਵੀ ਨਹੀਂ ਸੀਗਾ। ਸੋ ਅੱਜ ਹੁਣ ਅਸੀਂ ਇਹਨਾਂ ਦਾ ਮਾਣ ਦੇ ਸਕਦੇ ਹਾਂ ਔਰ ਇਹਨਾਂ ਨੂੰ ਬਹੁਤ ਹੀ ਧੰਨਵਾਦੀ ਹਾਂ ਇਹਨਾਂ ਦੇ ਜੋ ਆਪ ਜੀ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਔਰ ਇੰਡੀਆ ਤੋਂ ਖਾਸ ਤੌਰ 'ਤੇ ਇਹ 2-4 ਦਿਨਾਂ ਲਈ ਸਿਰਫ ਸਾਡੇ ਇਸ ਕਾਰਜ ਲਈ ਇੱਥੇ ਪੁੱਜੇ ਹਨ। ਸੋ ਗੁਰੂ ਘਰ ਦੇ ਵਜ਼ੀਰ ਗਿਆਨੀ ਅਮਰਜੀਤ ਸਿੰਘ ਜੀ ਉਹ ਆਪ ਜੀ ਨੂੰ ਸੁਰ ਭਾਵ ਨਾਲ ਨਿਵਾਜਣਗੇ। ਬੋਲੇ ਸੋ ਨਿਹਾਲ, ਮਾਨਯ ਸ਼ਾਸਤਰੀ ਜੀ, ਸੋ ਦਾਸ ਧੰਨਵਾਦੀ ਹੈ। ਆਪ ਜੀ ਨੇ ਗੁਰੂ ਘਰ ਨੂੰ ਬਹੁਤ ਹੀ ਭੇਟਾ ਦਿੱਤੀ ਹੈ। ਇਸ ਗੁਰੂ ਘਰ ਦੀ ਬਿਲਡਿੰਗ ਵਿੱਚ ਆਪ ਜੀ ਨੇ ਹਿੱਸਾ ਪਾਇਆ ਹੈ 11,000 ਦਾ, 11,000 ਦਿੱਲੀ ਦੀ ਸੰਗਤ ਵੱਲੋਂ ਆਪ ਜੀ ਕਹਿ ਰਹੇ ਹਨ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। $11,000 ਆਪ ਜੀ ਨੇ ਬਿਲਡਿੰਗ ਫੰਡ ਵਿੱਚ ਪਾਏ ਹਨ। ਹੁਣ ਦਾਸ ਬੇਨਤੀ ਕਰਦਾ ਹੈ, ਪਿਛਲੇ ਤਕਰੀਬਨ ਕੋਈ 1.25 ਸਾਲ 1.5 ਸਾਲ ਤੋਂ ਜੋ ਸਾਡੇ ਗੁਰੂ ਘਰ ਦੇ ਚੇਅਰਮੈਨ ਦੇ ਤੌਰ 'ਤੇ ਸੇਵਾ ਨਿਭਾ ਰਹੇ ਹਨ ਔਰ ਬਿਲਡਿੰਗ ਵਿੱਚ ਵੀ ਕਾਫੀ ਆਪ ਜੀ ਨੇ ਬਿਲਡਿੰਗ ਜੋ ਪਲਾਨ ਬਣਾਉਣ ਵਿੱਚ ਹੋਰ ਚੌਲਾ ਸਾਹਿਬ ਤੋਂ ਬਾਅਦ ਆਪ ਜੀ ਨੇ ਜੋ ਸੇਵਾ ਸੰਗਤ ਸੰਭਾਲੀ ਹੈ ਸਰਦਾਰ ਮਨਜੀਤ ਸਿੰਘ ਜੀ ਬਾਵਾ, ਉਹਨਾਂ ਅੱਗੇ ਦਾਸ ਬੇਨਤੀ ਕਰੇਗਾ। ਸਿਰਫ 2-4 ਮਿੰਟਾਂ ਲਈ ਸਟੇਜ 'ਤੇ ਆਉਣਗੇ ਔਰ ਸੰਗਤ ਦਾ ਧੰਨਵਾਦ ਕਰਨਗੇ। ਸਰਦਾਰ ਮਨਜੀਤ ਸਿੰਘ ਜੀ,